ਸਾਰੇ ਹੀ ਮਲਾਜ਼ਮ ਪੈਨਸ਼ਨਰਸ ਨੂੰ ਮੇਰੀ ਵੱਲੋਂ ਪਿਆਰ ਭਰੀ ਸਸ਼ੀਅ ਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਵੱਡੀ ਅਪਡੇਟ ਵੱਡੀ ਗੁੱਡ ਨਿਊਜ਼ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅੱਜ ਜਿਹੜਾ ਹੈ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਜਿਹੜਾ ਇਸ ਜਿਹੜਾ ਲਿਆ ਜਾਵੇਗਾ ਇਸ ਨੂੰ ਲੈ ਕੇ ਜਿਹੜਾ ਹੁਣ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਪੈਂਡਿੰਗ ਪੇ ਡੀਏ ਪੈਨਸ਼ਨਰਸ ਦੇ ਰਿਵਾਈਜ਼ ਪੇ ਨੂੰ ਲੈ ਕੇ ਜਿਹੜਾ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਦੋਸਤੋ ਗੱਲ ਕਰ ਲੈਨੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਇੱਕ ਪੱਤਰ ਵੀ ਜਿਹੜਾ ਹੈ ਬਕਾਇਦਾ ਜਾਰੀ ਕੀਤਾ ਗਿਆ ਹੈ ਸੋ ਇਸ ਪੱਤਰ ਦੇ ਜਿਹੜਾ ਮਲਾਜ਼ਮਾਂ ਦੇ ਲਈ ਕਾਫੀ ਜ਼ਿਆਦਾ ਜਿਹੜੇ ਅਹਿਮ ਹੋਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਮਲਾਜ਼ਮਾਂ ਦਾ ਡੀਏ ਦਾ ਪੈਂਡਿੰਗ ਪਿਆ ਜਿਹੜਾ ਕੋਰੋਨਾ ਰੁਪਏ ਦਾ ਜਿਹੜਾ ਬਕਾਇਆ ਹੈ ਤੇ ਜਿਹੜਾ ਏਰੀਅਰ ਹੈ ਉਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀ ਸੁਣਵਾਈ ਕੀਤੀ ਹੈ ਤੇ ਕਿਹੜਾ ਫੈਸਲਾ ਸਾਹਮਣੇ ਨਿਕਲ ਕੇ ਆਇਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਦੋਸਤੋ ਗੱਲ ਕਰ ਲੈਣਾ ਸਾਫ਼-ਸਾਫ਼ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਸਰਕਾਰ ਦੇ ਫਾਈਨੈਂਸ ਕਤਰ ਡਾਕਟਰ ਬਸੰਤ ਗਰਗ ਨੇ ਹਾਈ ਕੋਰਟ ਦੇ ਵਿੱਚ ਦੱਸਿਆ ਕਿ 23 ਅਕਤੂਬਰ 2024 ਨੂੰ ਕੈਬਨਟ ਸਬ-ਕਮੇਟੀ ਨੇ ਕੁਝ ਸਿਫਾਰਸ਼ਾਂ ਜਿਹੜੀਆਂ ਦਿੱਤੀਆਂ ਸੀ ਤੇ ਹੁਣ ਇਹ ਜਿਹੜੀ ਪ੍ਰਪੋਜ਼ਲ ਜਿਹੜੀ ਹੈ ਕੈਬਨਟ ਦੇ ਸਾਹਮਣੇ ਰੱਖ ਦਿੱਤਾ ਗਿਆ ਹੈ ਪਰ ਅਜੇ ਤੱਕ ਫਾਈਨਲ ਅਪਰੂਵਲ ਜਾਂ ਪੇਮੈਂਟ ਦਾ ਜਿਹੜਾ ਜਿਹੜਾ ਕੀ ਐਗਜ਼ਿਟ ਟੂ ਜਿਹੜੀ ਸ਼ਡਿਊਲ ਹੈ ਜਿਹੜਾ ਤੈ ਨਹੀਂ ਕੀਤਾ ਗਿਆ ਤੇ ਨਾ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਕਦੋਂ ਅਤੇ ਕਿੰਨਾ ਡੀਏ ਏਰੀਅਰ ਦਾ ਬਕਾਇਆ ਜਿਹੜਾ ਹੈ ਦਿੱਤਾ ਜਾਵੇਗਾ ਸੋ ਏਰੀਅਰ ਜਿਹੜਾ ਹੈ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਜਿਹੜਾ ਕੀ ਰਿਵਾਈਜ਼ ਪੇ ਸਕੇਲ ਹੈ ਇਹ ਪੈਨਸ਼ਨ ਡੀਏ ਆਰ DR ਅਤੇ ਲੀਵ ਇਨ ਕੈਚਮੈਂਟ ਜਿਹੜਾ ਹੈ ਕਵਰ ਕਰਦਾ ਹੈ ਸੋ ਪੰਜਾਬ ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਇਹ ਪੇਮੈਂਟ ਜਿਹੜੀ ਹੈ ਜਿਹੜੀਆਂ ਨੇ 2026 ਤੋਂ 2027 ਜਾਂ ਫਿਰ 2027 ਤੋਂ 28 ਤੱਕ ਪੂਰੀਆਂ ਹੋ ਸਕਦੀ ਹੈ ਪਰ ਇਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ ਕਿ ਇੱਕ ਹਫਤੇ ਦਾ ਸਮਾਂ ਜਿਹੜਾ ਹੈ ਦਿੱਤਾ ਹੈ ਅਤੇ ਜਿਹੜੀ ਅਗਲੀ ਸਨਮਾਈ ਹੈ ਇਸ ਆਉਣ ਵਾਲੀ 29 ਨਵੰਬਰ 2024 ਨੂੰ ਜਿਹੜੀ ਹੈ ਕੀਤੀ ਜਾਵੇਗੀ ਤੇ ਉਦੋਂ ਪਤਾ ਲੱਗੇਗਾ ਕਿ ਮਲਾਸਮਾ ਦਾ ਡੀਏ ਇਰੀਅਰ ਦਾ ਜਿਹੜਾ ਪੈਂਡਿੰਗ ਪਿਆ ਹਜ਼ਾਰਾਂ ਕਰੋੜਾ ਰੁਪਏ ਦਾ ਬਕਾਇਆ ਉਹ ਕਦੋਂ ਅਤੇ ਕਿਵੇਂ ਦਿੱਤਾ ਜਾਵੇਗਾ ਸੋ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇ ਨਮਿਓ ਚੈਨਲ ਨੂੰ ਜਰੂ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ